ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਇੱਕ ਨਵੀਂ ਵੀਡੀਓ ਅਤੇ ਇੱਕ ਖਾਸ ਅਪਡੇਟ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ। ਪਹਿਲਾਂ ਤਾਂ ਤੁਹਾਡੇ ਸਾਰਿਆਂ ਤੋਂ ਮਾਫ਼ੀ ਕਿ ਪਿਛਲੇ 2-3 ਦਿਨਾਂ ਤੋਂ ਆਪਾਂ ਇਸ ਚੈਨਲ 'ਤੇ ਕੋਈ ਵੀ ਰੈਗੂਲਰ ਵੀਡੀਓ ਸ਼ੇਅਰ ਨਹੀਂ ਕਰ ਰਹੇ। ਗੱਲਬਾਤ ਕਰਾਂਗੇ ਬਾਈ ਸਿੱਧੂ ਮੂਸੇਵਾਲੇ ਬਾਈ ਦੀ। ਸਿੱਧੂ ਦੇ ਗਾਣਿਆਂ ਦੀ ਉਡੀਕ ਅਕਸਰ ਹੀ ਉਨੀ ਹੀ ਕੀਤੀ ਜਾਂਦੀ ਹੈ ਜਿੰਨੀ ਸਿੱਧੂ ਦੇ ਹੁੰਦਿਆਂ ਕੀਤੀ ਜਾਂਦੀ ਸੀ। ਹੁਣ ਤਾਂ ਦੋਸਤ ਸਿੱਧੂ ਦੇ ਗਾਣਿਆਂ ਦੀ ਜ਼ਿਆਦਾ ਉਡੀਕ ਜਿਹੜੀ ਉਹ ਜ਼ਿਆਦਾ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਅੱਜ ਦੋਸਤ ਸਿੱਧੂ ਮੂਸੇਵਾਲ ਦਾ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਗਿਆ ਡ੍ਰਿਪੀ ਟਾਈਟਲ ਦੇ ਨਾਲ ਮਿਊਜ਼ਿਕ ਮਰਸੀ ਦਾ ਗਾਣੇ ਦੇ ਵਿੱਚ ਅਤੇ ਗਾਣੇ ਦੇ ਵਿੱਚ ਏ ਆਰ ਪੈਸਲੇ ਦੇ ਵੱਲੋਂ ਫੀਚਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਏ ਆਰ ਪੈਸਲੇ ਵੱਲੋਂ ਸਿੱਧੂ ਦੇ ਲਵ ਸਿੱਖ ਗਾਣੇ ਦੇ ਵਿੱਚ ਫੀਚਰ ਕੀਤਾ ਗਿਆ ਸੀ। ਖਾਸ ਗੱਲ ਦੋਸਤੋ ਇਸ ਗਾਣੇ ਦੀ ਇਹ ਸੀ ਕਿ ਨਾ ਤਾਂ ਇਸ ਗਾਣੇ ਦਾ ਪੋਸਟਰ ਪਹਿਲਾਂ ਰਿਲੀਜ਼ ਕੀਤਾ ਗਿਆ ਅਤੇ ਨਾ ਹੀ ਇਸ ਗਾਣੇ ਦੀ ਕੋਈ ਵੱਡੀ ਹਾਈਪ ਬਣਾਈ ਗਈ। ਕੱਲ੍ਹ ਰਾਤੀ ਸਿੱਧੂ ਮੂਸੇਵਾਲ ਦੇ ਓਫੀਸ਼ੀਅਲ ਇੰਸਟਾਗ੍ਰਾਮ ਦੇ ਉੱਤੇ ਇਸ ਗਾਣੇ ਦਾ ਡਾਇਰੈਕਟ ਲਿੰਕ ਜਿਹੜਾ ਉਹ ਸ਼ੇਅਰ ਕੀਤਾ ਗਿਆ ਅਤੇ ਜਾਣਕਾਰੀ ਦੇ ਦਿੱਤੀ ਗਈ ਕਿ 2 ਫਰਵਰੀ ਨੂੰ ਇਹ ਗਾਣਾ ਸਵੇਰੇ 10 ਵਜੇ ਰਿਲੀਜ਼ ਕੀਤਾ ਜਾਏਗਾ ਅਤੇ ਇਸ ਗਾਣੇ ਨੇ ਪਹਿਲੇ 1 ਘੰਟੇ ਦੇ ਵਿੱਚ ਹੀ ਵੱਡੇ ਬੈਂਚਮਾਰਕ ਜਿਹੜੇ ਉਹ ਕ੍ਰੋਸ ਕਰ ਲਏ ਨੇ। ਜੀ ਹਾਂ ਦੋਸਤੋ, ਇਸ ਗਾਣੇ ਦੇ ਓਫੀਸ਼ੀਅਲ ਵਿਊ ਕਾਊਂਟ ਤਾਂ ਜਿਹੜੇ ਉਹ ਸਟੱਕ ਹੋਏ ਹੋਏ ਨੇ। ਜੇ ਕੋਈ ਟੀਮ ਮੈਂਬਰ ਸਾਂਝਾ ਕਰੂਗਾ ਓਫੀਸ਼ੀਅਲ ਵਿਊ ਕਾਊਂਟ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਬਾਕੀ ਦੋਸਤੋ, ਗਾਣੇ ਦੀ ਗੱਲਬਾਤ ਕਰ ਲਈਏ ਤਾਂ ਗਾਣਾ ਫਰੈਸ਼ ਰਿਲੀਜ਼ ਕੀਤਾ ਗਿਆ ਸੀ ਸਿੱਧੂ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ। ਇਸ ਗਾਣੇ ਦੇ ਵਿੱਚ ਵੱਡੇ ਜਵਾਬ ਜਿਹੜੇ ਉਹ ਦਿੱਤੇ ਗਏ ਨੇ। ਜਾਣਕਾਰੀ ਲਈ ਦੱਸ ਦਈਏ ਕਿ ਇਹ ਗਾਣਾ ਮਈ 2022 ਦੇ ਵਿੱਚ ਹੀ ਰਿਕਾਰਡ ਕੀਤਾ ਗਿਆ ਸੀ, ਯਾਨੀ ਕਿ ਸਿੱਧੂ ਦੇ ਅਸੈਸੀਨੇਸ਼ਨ ਵਾਲੇ ਮਹੀਨੇ ਦੇ ਵਿੱਚ ਹੀ ਇਸ ਗਾਣੇ ਨੂੰ ਰਿਕਾਰਡ ਕੀਤਾ ਗਿਆ ਸੀ ਅਤੇ ਇਸ ਗਾਣੇ ਦੇ ਵਿੱਚ ਵੀ ਸਿੱਧੂ ਵੱਲੋਂ ਫਿਊਚਰ ਨੂੰ ਜਿਹੜਾ ਉਹ ਪ੍ਰੋਡਿਕਟ ਕੀਤਾ ਗਿਆ ਹੈ। ਬਾਕੀ ਦੋਸਤੋ, ਇਸ ਗਾਣੇ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਗਾਣਾ ਰਿਲੀਜ਼ ਹੋਣ ਦੇ 1 ਘੰਟੇ ਦੇ ਬਾਅਦ ਹੀ YouTube ਦੀ ਟ੍ਰੈਂਡਿੰਗ ਲਿਸਟ ਦੇ ਵਿੱਚ ਮਿਊਜ਼ਿਕ ਵਾਲੇ ਸੈਕਸ਼ਨ ਦੇ ਵਿੱਚ ਨੰਬਰ 1 ਦੇ ਉੱਤੇ ਆ ਚੁੱਕਿਆ ਹੈ। ਬਾਕੀ ਦੋਸਤੋ, ਸਿੱਧੂ ਦਾ ਇੱਕ ਫਰੈਸ਼ ਗਾਣਾ ਰਿਲੀਜ਼ ਕੀਤਾ ਗਿਆ ਹੈ। ਵੱਧ ਤੋਂ ਵੱਧ ਜਾ ਕੇ ਗਾਣੇ ਨੂੰ ਸਟ੍ਰੀਮ ਜ਼ਰੂਰ ਕਰਿਓ ਸਪੋਟੀਫਾਈ ਦੇ ਉੱਤੇ ਤਾਂ ਜੋ ਅਗਲੇ ਵੀਕ ਬਿੱਲਬੋਰਡ ਦੇ ਚਾਰਟਸ ਅਪਡੇਟ ਹੋਣਗੇ ਅਤੇ ਬਿੱਲਬੋਰਡ ਦੇ ਉੱਤੇ ਇਹ ਗਾਣਾ ਵੱਡੇ ਨੰਬਰਸ ਜ਼ਰੂਰ ਲੈ ਕੇ ਆਵੇ। ਬਾਕੀ ਦੋਸਤੋ, ਤੁਹਾਨੂੰ ਗਾਣਾ ਕਿਹੋ ਜਿਹਾ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ। ਮਿਊਜ਼ਿਕ ਇੰਡਸਟਰੀ ਦੀਆਂ ਹੋਰ ਅਪਡੇਟਸ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ।